ਵਾਹਿਗੁਰੂ ਜੀ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹਿ ਭੰਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜਾਂ ਕਾ ਹਿਰਦਾ ਸ਼ੁੱਧ ਹੈ ਖੋਜ ਸ਼ਬਦ ਮੈਂ ਲੇ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਪਾਰ ਜੋ ਸ਼ਰਧਾ ਕਰ ਸਿਮਦੇ ਗੁਰ ਪਾਰ ਉਤਾਰਨ ਹਾਰ ਆਓ ਸੰਗਤੇ ਹਜ਼ੂਰ ਸਾਹਿਬ ਚੱਲੀਏ ਬਾਜਾਂ ਵਾਲਾ ਬਾਜਾਂ ਮਾਰਦਾ ਆਓ ਸੰਗਤੇ ਹਜ਼ੂਰ ਸਾਹਿਬ ਚੱਲੀਏ ਬਾਜਾਂ ਵਾਲਾ ਬਾਜਾਂ ਮਾਰਦਾ ਬਾਜਾਂ ਵਾਲਾ ਬਾਜਾਂ ਮਾਰਦਾ ਆਓ ਸੰਗਤੇ ਹਜ਼ੂਰ ਸਾਹਿਬ ਚੱਲੀਏ ਬਾਜਾਂ ਵਾਲਾ ਬਾਜਾਂ ਮਾਰਦਾ ਪਿਆਰੇ ਬਾਜਾਂ ਵਾਲਾ ਬਾਜਾਂ ਮਾਰਦਾ ਬਾਜਾਂ ਵਾਲਾ ਬਾਜਾਂ ਮਾਰਦਾ ਬਾਜਾਂ ਵਾਲਾ ਬਾਜਾਂ ਮਾਰਦਾ ਆਓ ਸੰਗਤੇ ਹਜ਼ੂਰ ਸਾਹਿਬ ਚੱਲੀਏ ਬਾਜਾਂ ਵਾਲਾ ਬਾਜਾਂ ਮਾਰਦਾ ਚੱਲੀ
ਸਭ ਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ। ਅਬ ਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ। ਮਨ ਇੱਛੇ ਸੇਈ ਫਲ ਪਾਏ ਕਰਤੇ ਆਪ ਵਸਾਇਆ ਰਾਮ। ਕਰਤੇ ਆਪ ਵਸਾਇਆ ਸਰਬ ਸੁਖ ਪਾਇਆ ਪੁੱਤ ਭਾਈ ਸਿੱਖ ਵਿਗਾਸੇ। ਗੁਣ ਗਾਵੇ ਪੂਰਨ ਪਰਮੇਸ਼ਰ ਕਾਰਜ ਆਇਆ ਰਾਸੇ। ਪ੍ਰਭ ਆਪ ਸੁਆਮੀ ਆਪੇ ਰਾਖਾ ਆਪ ਮਿਤਾ ਆਪ ਪਿਤਾ ਆਪ ਮਾਇਆ। ਪ੍ਰਭ ਆਪ ਸੁਆਮੀ ਆਪੇ ਰਾਖਾ ਆਪ ਪਿਤਾ ਆਪ ਮਾਇਆ। ਕਹੋ ਨਾਨਕ ਸਤਿਗੁਰ ਬਲਿਹਾਰੀ ਜਿਨੇ ਉਥਾਨ ਸੁਹਾਇਆ। ਆਓ ਸੰਗਤੇ ਹਜੂਰ ਸਾਹਿਬ ਚੱਲੀਏ ਬਾਜਾਂ ਵਾਲਾ ਬਾਜਾਂ ਮਾਰਦਾ। ਆਓ ਸੰਗਤੇ ਹਜੂਰ ਸਾਹਿਬ ਚੱਲੀਏ ਬਾਜਾਂ ਵਾਲਾ ਬਾਜਾਂ ਮਾਰਦਾ। ਬਾਜਾਂ ਵਾਲਾ ਜੀ 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 ਬਾਜਾਂ ਮਾਰਦਾ। ਬਾਜਾਂ ਮਾਰਦਾ ਬਾਜਾਂ ਵਾਲਾ ਜੀ ਬਾਜਾਂ ਮਾਰਦਾ। ਬਾਜਾਂ ਮਾਰਦਾ ਬਾਜਾਂ ਵਾਲਾ ਜੀ ਬਾਜਾਂ ਮਾਰਦਾ। ਸਾਹਿਬ ਚੱਲੀਏ ਬਾਜਾਂ ਵਾਲਾ ਬਾਜਾਂ ਮਾਰਦਾ। ਆਓ ਸੰਗਤੇ ਹਜੂਰ ਸਾਹਿਬ ਚੱਲੀਏ ਕਲਗੀਆਂ ਵਾਲਾ ਬਾਜਾਂ ਮਾਰਦਾ। ਆਓ ਸੰਗਤੇ ਹਜੂਰ ਸਾਹਿਬ ਚੱਲੀਏ ਬਾਜਾਂ ਵਾਲਾ ਬਾਜਾਂ ਮਾਰਦਾ। ਆਓ ਸੰਗਤੇ ਹਜੂਰ ਸਾਹਿਬ ਚੱਲੀਏ ਬਾਜਾਂ ਵਾਲਾ ਬਾਜਾਂ ਮਾਰਦਾ। ਮਾਣਯੋਗ ਸਤਿਕਾਰਯੋਗ ਗੁਰੂ ਸਵਾਰੇ ਗੁਰੂ ਪਿਆਰੇ ਖਾਲਸਾ ਜੀ, ਪਿਆਰੇ ਸਤਸੰਗੀ ਜਣੋ, ਮਨ ਬਿਰਤੀਆਂ ਨੂੰ ਕਾਗਰ ਕਰੋ, ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਰੋ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ। ਸੋ ਆਓ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਾਣੀ ਦਾ ਜਹਾਜ਼ ਤਿਆਰ ਕੀਤਾ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੇ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰੇ।
ਸਤਿਗੁਰਾਂ ਨੂੰ ਆਉਣ ਵਾਲੇ ਸਮੇਂ ਦਾ ਪਤਾ ਸੀ ਮੇਰੇ ਸਤਿਗੁਰਾਂ ਨੂੰ ਅਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਨੇ ਬਾਣੀ ਦਾ ਜਹਾਜ਼ ਤਿਆਰ ਕੀਤਾ ਅਤੇ ਧੰਨ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਸਰਬੰਸ ਦਾਨੀ ਜੰਗਾਂ ਯੁੱਧਾਂ ਤੋਂ ਬਾਅਦ ਦੱਖਣ ਦੇਸ਼ ਅਬਚਲ ਨਗਰ ਨੰਦੇੜ ਦੀ ਧਰਤੀ ਜਿਸ ਦੀ ਬਾਬਤ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਪਹਿਲਾਂ ਹੀ ਬਾਣੀ ਵਿੱਚ ਫਰਮਾਨ ਕੀਤਾ ਉਹ ਅਬਚਲ ਨਗਰ ਨੰਦੇੜ ਦੀ ਧਰਤੀ 'ਤੇ ਬਾਜਾਂ ਵਾਲੇ ਨੇ ਜਾ ਚਰਨ ਪਾਏ ਗੋਦਾਵਰੀ ਦੇ ਕੰਢੇ ਨਗੀਨਾ ਘਾਟ ਇੱਥੇ ਬਾਜਾਂ ਵਾਲੇ ਪਾਤਸ਼ਾਹ ਨੇ ਉਤਾਰਾ ਕੀਤਾ ਸਿੰਘਾਂ ਦੇ ਸਮੇਤ ਅਤੇ ਸਾਧ ਸੰਗਤ ਉੱਥੋਂ ਮਹਾਰਾਜ ਨੇ ਤੀਰ ਛੱਡਿਆ ਜਿੱਥੇ ਅੱਜ ਸੱਚਖੰਡ ਸਾਹਿਬ ਹੈ ਇੱਥੇ ਉਹ ਜਾ ਕੇ ਤੀਰ ਡਿੱਗਾ ਜਦੋਂ ਧਰਤੀ ਨੂੰ ਪੱਟਿਆ ਅਤੇ ਬਾਜਾਂ ਵਾਲੇ ਪਾਤਸ਼ਾਹ ਦਾ ਪੁਰਾਤਨ ਪਿਛਲਾ ਤਪ ਸਥਾਨ ਧੂਣਾ ਨਿਕਲਿਆ ਅਤੇ ਖੜਾਵਾਂ ਨਿਕਲੀਆਂ ਗੱਜ ਕੇ ਆਖੋ ਸਤਨਾਮ ਉਹ ਪਾਵਨ ਧਰਤੀ ਹਜ਼ੂਰ ਸਾਹਿਬ ਦੀ ਜਿੱਥੇ ਬਾਜਾਂ ਵਾਲੇ ਪਾਤਸ਼ਾਹ ਨੇ ਬੜਾ ਲੰਮਾ ਸਮਾਂ ਗੁਜ਼ਾਰਿਆ ਜਿਸ ਦੀ ਬਾਬਤ ਧੰਨ ਗੁਰੂ ਅਰਜਨ ਦੇਵ ਜੀ ਪਹਿਲਾਂ ਹੀ ਲਿਖ ਗਏ ਅਬਚਲ ਨਗਰ ਗੋਬਿੰਦ ਗੁਰੂ ਕਾ 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 ਅਬਚਲ ਨਗਰ ਗੋਬਿੰਦ ਅਬਚਲ ਨਗਰ ਗੋਬਿੰਦ ਗੁਰੂ ਕਾ 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 ਅਬਚਲ ਨਗਰ ਗੋਬਿੰਦ ਗੁਰੂ ਜਪਤ ਸੁਖ ਪਾਇਆ ਰਾਮ ਨਾਮ 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 ਜਪਤ ਸੁਖ ਪਾਇਆ ਜਪਤ ਸੁਖ ਪਾਇਆ ਰਾਮ ਨਾਮ 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 ਜਪਤ ਸੁਖ ਪਾਇਆ ਰਾਮ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ ਅਬਚਲ ਨਗਰ ਗੋਬਿੰਦ ਗੁਰੂ ਕਾ 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 ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਪਹਿਲਾਂ ਹੀ ਬਾਣੀ ਵਿੱਚ ਲਿਖ ਗਏ ਕਿ ਜਿਹੜਾ ਅਬਚਲ ਨਗਰ ਹੈ ਇਹ ਗੁਰੂ ਗੋਬਿੰਦ ਦਾ ਨਗਰ ਹੈ ਅਬਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ ਮਨ ਇੱਛੇ ਸੇਈ ਫਲ ਪਾਏ ਕਰਤੇ ਆਪ ਵਸਾਇਆ ਰਾਮ ਉਸ ਪਾਵਨ ਧਰਤੀ 'ਤੇ ਮਹਾਰਾਜ ਨੇ ਬੰਦਗੀ ਕੀਤੀ ਪਿਛਲੇ ਯੁੱਗਾਂ ਵਿੱਚ ਤਪੋ ਰਾਜ ਅਤੇ ਮਹਾਰਾਜ ਕਹਿੰਦੇ ਮੈਂ ਰਾਜ ਨਹੀਂ ਚਾਹੀਦਾ ਨਾ ਮੈਨੂੰ ਨਾ ਮੇਰੇ ਸਿੱਖਾਂ ਨੂੰ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨਪ੍ਰੀਤ ਚਰਨ ਕਮਲਾਰੇ ਇਹ ਸੋਚ ਕੇ ਮਹਾਰਾਜ ਹੇਮਕੁੰਡ ਸਾਹਿਬ ਦੀਆਂ ਪਹਾੜੀਆਂ ਨੂੰ ਚੜ੍ਹ ਗਏ
ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਉਹ ਪੁਰਾਤਨ ਤਪ ਸਥਾਨ ਬਾਜਾਂ ਵਾਲੇ ਦਾ ਇੱਥੇ ਮਹਾਰਾਜ ਨੇ ਫਿਰ ਲਾਇਆ ਸੋਹਣਾ ਆਸਣ, ਇੱਥੇ ਫਿਰ ਸੰਗਤਾਂ ਨੂੰ ਤਾਰਿਆ ਸਾਧ ਸੰਗਤ ਅਤੇ ਨਗੀਨਾ ਘਾਟ ਉੱਥੇ ਡੇਰਾ ਕਰਨਾ, ਅਤੇ ਇੱਕ ਵਪਾਰੀ ਨੇ ਸੋਹਣਾ ਨਗੀਨਾ ਭੇਟ ਕੀਤਾ, ਮਹਾਰਾਜ ਨੇ ਗੋਦਾਵਰੀ ਵਿੱਚ ਸੁੱਟ ਦਿੱਤਾ। ਉਹਦੇ ਮਨ ਵਿੱਚ ਆਇਆ ਇਹਨਾਂ ਨੂੰ ਕਦਰ ਹੀ ਨਹੀਂ, ਮੈਂ ਇੰਨਾ ਕੀਮਤੀ ਨਗੀਨਾ। ਅੰਤਰ ਜਾਮੀ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਜਾਂ ਨਗੀਨਾ ਲੱਭ ਕੇ ਲਿਆ ਗੋਦਾਵਰੀ ਵਿੱਚੋਂ, ਜਾਂ ਜਾ ਕੇ ਵੇਖਿਆ ਗੋਦਾਵਰੀ ਵਗਦੀ ਹੈ, ਕੀਮਤੀ ਤੋਂ ਕੀਮਤੀ ਨਗੀਨਿਆਂ ਨਾਲ ਭਰੀ ਪਈ ਹੈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਚਰਨਾਂ 'ਤੇ ਢਹਿ ਪਿਆ ਅਤੇ ਇੱਥੋਂ ਤਕਰੀਬਨ 1 ਕਿਲੋਮੀਟਰ ਇੱਕ ਮਾਧੋ ਦਾਸ ਬਰਾਗੀ ਰਹਿੰਦਾ। ਕਮਾਈ ਤਾਂ ਬੜੀ ਹੈ ਨਾਮ ਦੀ, ਪਰ ਕਰਾਮਾਤ ਕਹਿਰ ਦਾ ਨਾਂ ਹੈ। ਕਰਾਮਾਤਾਂ 'ਚ ਹੀ ਗਵਾਈ ਜਾਂਦਾ। ਬਾਬਾ ਆਨੰਦ ਸਿੰਘ ਕਹਿੰਦੇ ਕਮਾਈ ਕਰ ਲੈਣੀ ਸੌਖੀ ਹੈ, ਇਸ ਵਸਤੂ ਨੂੰ ਸਾਂਭਣਾ ਇਹਦੇ ਨਾਲੋਂ ਵੀ ਔਖਾ ਹੈ। ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੇ ਕਠਾਏ। ਮਾਧੋ ਦਾਸ ਬਰਾਗੀ ਨੂੰ ਹੰਕਾਰ ਹੋ ਗਿਆ, ਉਹਨੇ ਇੱਕ ਪਲਗ ਬਣਾਇਆ ਸਾਧੂਆਂ ਮਹਾਂਪੁਰਖਾਂ ਨਾਲ ਜਿੱਦ ਕਰਦਾ, ਪਲੰਘ ਉਲਟਾ ਦਿੰਦਾ, ਉਹਨਾਂ ਦੀ ਬੇਇੱਜ਼ਤੀ ਕਰਦਾ। ਬਾਜਾਂ ਵਾਲੇ ਨੂੰ ਪਤਾ ਲੱਗਾ, ਉਸ ਪਲੰਘ 'ਤੇ ਜਾ ਬਿਰਾਜਮਾਨ ਹੋਏ। ਮਾਧੋ ਦਾਸ ਨੂੰ ਪਤਾ ਲੱਗਿਆ, ਦੂਤ ਭੇਜੇ, ਬੜੀਆਂ ਸ਼ਕਤੀਆਂ ਲਾਈਆਂ, ਆਖਰ ਆ ਕੇ ਦਰਸ਼ਨ ਕਰਦਿਆਂ ਹੀ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਾਤਮੇ ਨਾ ਮਤ ਹੈ। ਚਰਨਾਂ 'ਤੇ ਢਹਿ ਪਿਆ ਅਤੇ ਫਿਰ ਮਹਾਰਾਜ ਨੇ ਉਸ ਮਾਧੋ ਦਾਸ ਬਰਾਗੀ ਨੂੰ ਬਹਾਦਰ ਬੰਦਾ ਸਿੰਘ ਬਣਾਇਆ। ਮਾਧੋ ਦਾਸ ਬਰਾਗੀ ਨੂੰ ਬਹਾਦਰ ਬੰਦਾ ਸਿੰਘ ਬਣਾਇਆ। ਮਾਧੋ ਦਾਸ ਬਰਾਗੀ ਨੂੰ ਬਹਾਦਰ ਬੰਦਾ ਸਿੰਘ ਬਣਾਇਆ। ਮਾਧੋ ਦਾਸ ਬਰਾਗੀ ਨੂੰ, 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 ਮਾਧੋ ਦਾਸ ਬਰਾਗੀ ਨੂੰ। ਬਹਾਦਰ ਬੰਦਾ ਸਿੰਘ ਬਣਾਇਆ, ਮਾਧੋ ਦਾਸ ਬਰਾਗੀ ਨੂੰ ਬਹਾਦਰ ਬੰਦਾ ਸਿੰਘ ਬਣਾਇਆ। ਮਾਧੋ ਦਾਸ ਬਰਾਗੀ ਨੂੰ ਬਹਾਦਰ ਬੰਦਾ ਸਿੰਘ ਬਣਾਇਆ, ਮਾਧੋ ਦਾਸ ਬਰਾਗੀ ਨੂੰ ਬਹਾਦਰ ਬੰਦਾ ਸਿੰਘ ਬਣਾਇਆ, ਮਾਧੋ ਦਾਸ ਬਰਾਗੀ ਨੂੰ ਬਹਾਦਰ ਬੰਦਾ ਸਿੰਘ ਬਣਾਇਆ, ਮਾਧੋ ਦਾਸ ਬਰਾਗੀ ਨੂੰ। ਹਾਂ, ਮਹਾਰਾਜ ਨੇ ਉਸ ਮਾਧੋ ਦਾਸ ਬਰਾਗੀ ਨੂੰ ਅਮਰ ਛਕਾ ਕੇ ਬੰਦਾ ਸਿੰਘ ਬਹਾਦਰ, ਅਤੇ ਫਿਰ ਮਹਾਰਾਜ ਨੇ ਇਹ ਬਚਨ ਕੀਤਾ ਸੀ, ਜਾਂ ਫਿਰ ਸਰਹੰਦ ਦੀ ਗੁਰੂ ਮਾਰੀ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਅਤੇ ਸਾਹਿਬਜ਼ਾਦਿਆਂ ਦਾ ਬਦਲਾ ਲਏ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਅਤੇ ਮਹਾਰਾਜ ਇੱਥੋਂ ਨੇੜੇ ਹੀ ਫਿਰ ਅੱਗੇ ਰਤਨਗੜ੍ਹ, ਜਿੱਥੇ ਬਾਬਾ ਰਤਨ ਦਾਸ ਰਹਿੰਦਾ, ਪੂਰਨ ਮਹਾਂਪੁਰਖ, ਜਟਾਧਾਰੀ ਮਹਾਂਪੁਰਖ, ਜਿਹਨੇ ਕਦੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਨੂੰ ਬੇਨਤੀ ਕੀਤੀ, ਮਹਾਰਾਜ ਦਸਵਾਂ ਗੁਰੂ ਕੌਣ ਹੋਵੇਗਾ? ਅਤੇ ਮਹਾਰਾਜ ਦੇ ਮੁੱਖੋਂ ਨਿਕਲਿਆ, ਜਿਹੜਾ ਦਸਵਾਂ ਗੁਰੂ ਹੋਵੇਗਾ ਨਾ, ਤੈਨੂੰ ਆਪ ਆ ਕੇ ਦਰਸ਼ਨ ਦੇਵੇਗਾ। ਅਤੇ ਉਹ ਦੱਖਣ ਦੇਸ਼ ਆ ਕੇ ਬਹਿ ਗਿਆ। ਮਾਧੋ ਦਾਸ ਬਰਾਗੀ ਬੜੀ ਬੰਦਗੀ ਕਰੇ, ਜਦੋਂ ਉਹਨੂੰ ਪਤਾ ਲੱਗਾ ਮਹਾਰਾਜ ਆ ਗਏ ਦੱਖਣ ਦੇਸ਼, ਦੱਖਣ ਦੇਸ਼ ਹਰੀ ਦਾ ਵਾਸਾ, ਦਰਸ਼ਨ ਕਰ ਲਓ ਕਰਮਾਂ ਵਾਲਿਓ, ਦੱਖਣ ਦੇਸ਼ ਹਰੀ ਦਾ ਵਾਸਾ, ਦਰਸ਼ਨ ਕਰ ਲਓ ਕਰਮਾਂ ਵਾਲਿਓ, ਦੱਖਣ ਦੇਸ਼ ਹਰੀ
दर्शन कर लो जी पागां वालियो जाके दर्शन कर लो जी पागां वालियो 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 दखन देश हरी दा वासा दर्शन कर लो करमा वालियो दखन देश हरी दा वासा दर्शन कर लो भागा वालियो कर लो पागा वालियो दखन देश हरी दा वासा दर्शन कर लो पागा वालियो सो ओ दखन देश जिथे बाजा वाले पातशाह ने इस महापुरख जटाधारी नू सचखंड प्याना कर तो बाद जाके दर्शन दिते कड़ा प्रसाद दिता ओ बाबा रतन दासा रो ना असी आ गए जा साडे खालसे नू जाके दिलासा दे जाके खालसे नू कह असी अंग सांगा किते नहीं गए ओदे नेड़े नानकसर गुरद्वारा संगत साहब गुरद्वारा साध संगत माता साहब देवा माता साहब कौर दे लंगर चलते ने जेड़ी माता ने उत्थे बंदगी कीती ते अपना पुरातन तप स्थान पहचान के उत्थे ही डेरे ला रहे ते महाराज ने रोज नदेड़ तो जाना उत्थे जाके नाले लंगर छकना माता जी दे हत्थों नाले कलगियां वाले ने उत्थे आराम करना संगतां जांदियां ने यात्रा सफली करन वास्ते जदों बाहरले गुरद्वारे जांदियां ते लंगर माता साहिब कौर दे लंगरां चों छकदियां ने जिथे पिता दे दर्शन करने ने पिता गुरु गोबिंद सिंह माता साहिब कौर नानके गुरु के लाहौर वासी आनंदपुर साहिब दे खालसा जी ये खालसे दा एड्रैस है जिथे पिता जी कोल जाने उथे माता जी कोल भी जाना है माता जी दियां खुशियां भी लैनियां उहदे नेड़े शिकार घाट जो गुरु नानक तो मूला बेमुख हो गया ना घरवाली कहिंदी सी मूला है ही नहीं ते बाबे आखिया सी फिर है ही नहीं मूला मर गया सप लड़के महाराज मूला मर गया कहिंदे दसवें जामे च बख्शांगे उत्थे फिर महाराज जा रहे ने ते नाल जा रहा बहादुर शाह ते जद लंघिया ना साया खरगोश मूर दी ते कढ़िया महाराज ने तीर बहादुर शाह नूं शंका पैदा हो गया कलगियां वालिया शेरां दे शिकार करन वाले अज साया दे शिकार ते उतर आए महाराज कहिंदे वेख रंग करतार दे जरा ਜਦੋਂ ਛੱਡਿਆ ਤੀਰ ਨਾ ਵੱਜਿਆ ਉਹ ਸਾਹ ਦੇ ਕਲੇਜੇ ਵਿੱਚ ਪੁੱਠਾ ਹੋ ਕੇ ਡਿੱਗ ਪਿਆ ਸੱਚਖੰਡ 'ਚੋਂ ਦੇਵਤੇ ਬਵਾਨ ਲੈ ਕੇ ਆ ਰਹੇ ਮੂਲਾ ਸੱਚਖੰਡ ਨੂੰ ਜਾ ਰਿਹਾ ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ ਪਰਮੇਸ਼ਰ ਤੇ ਫੁੱਲਿਆ ਵਿਆਪਣ ਸਭੇ ਰੋਗ ਜਿਵੇਂ ਮਹਾਰਾਜ ਨੇ ਮਾਘੀ ਵਾਲੇ ਦਿਨ ਵਧਾਵੇ ਪਾੜੇ ਚਾਲੀ ਮੁਕਤਿਆਂ ਦੇ ਮਹਾਂ ਸਿੰਘ ਕਹਿਣ ਤੇ ਬੇਮੁੱਖਾਂ ਨੂੰ ਆਪ ਅਸੀਂ ਵੀ ਬੇਨਤੀ ਕਰੀਏ ਵਧਾਵੇ ਤਾਂ ਅਸੀਂ ਵੀ ਦਿੱਤੇ ਆ ਗੁਰੂ ਕਹਿੰਦਾ ਅੰਮ੍ਰਿਤ ਵੇਲੇ ਜਾਗੋ ਇਹ ਕਹਿੰਦਾ ਨਹੀਂ ਅੰਮ੍ਰਿਤ ਛਾ ਕੇ ਕਹਿੰਦਾ ਨਹੀਂ ਕਹਿੰਦੇ ਨਾਮ ਜਪ ਇਹ ਕਹਿੰਦਾ ਨਹੀਂ ਸਿੱਖਾ ਟੁੱਟੀ ਗੰਢ ਹਾਰ ਗੋਪਾਲ ਉਹ ਇੱਥੇ ਹੀ ਟੁੱਟੀ ਗੰਢਾਲ ਹੈ ਬਾਜਾਂ ਵਾਲੇ ਤੋਂ ਅੱਜ ਬਾਜਾਂ ਵਾਲੇ ਨੇ ਇੱਕ ਸਾਹ ਦਾ ਸ਼ਿਕਾਰ ਕੀਤਾ ਅਤੇ ਮੂਲੇ ਦਾ ਉਧਾਰ ਕੀਤਾ ਉੱਥੇ ਫਿਰ ਮਹਾਰਾਜ ਨੇ ਖਜ਼ਾਨਾ ਪੁੱਟ ਕੇ ਢਾਲਾਂ ਭਰ ਭਰ ਕੇ ਤਨਖਾਹਾਂ ਦਿੱਤੀਆਂ ਸਾਹਿਬ ਮਾਲ ਟੇਕਰੀ ਸਾਹਿਬ ਉੱਥੇ ਬਾਜਾਂ ਵਾਲੇ ਪਾਤਸ਼ਾਹ ਹੀਰਾ ਘਾਟ ਕਿਸੇ ਨੇ ਹੀਰਾ ਭੇਟ ਕੀਤਾ ਮਹਾਰਾਜ ਨੇ ਉਹ ਵੀ ਗਦਾਰੂ ਹੀ ਸੁੱਟ ਦਿੱਤਾ ਸ਼ੰਕਾ ਪੈਦਾ ਹੋ ਗਿਆ ਇਹਨਾਂ ਨੂੰ ਕਦਰ ਹੀ ਨਹੀਂ
ਅੰਤਰ ਜਾਮੀ ਸਤਿਗੁਰ ਕਹਿੰਦੇ ਨੇ ਕੱਢ ਕੇ ਲਿਆ ਹੀਰਾ ਗੋਦਾਵਰੀ ਚੋਂ, ਗੋਦਾਵਰੀ ਹੀਰਿਆਂ ਦੀ ਵਗਦੀ ਹੈ। ਗੱਜ ਕੇ ਆਖੋ ਸਤਨਾਮ, ਧੰਨ ਗੁਰੂ ਕਲਗੀਆਂ ਵਾਲੇ ਪਾਤਸ਼ਾਹ। ਸਾਧ ਸੰਗਤ, ਮੇਰੇ ਬਾਜਾਂ ਵਾਲੇ ਪਾਤਸ਼ਾਹ ਨੇ ਇਹਨਾਂ ਸਾਰੀਆਂ ਜਗ੍ਹਾ 'ਤੇ ਚਰਨ ਪਾਏ ਅਤੇ ਫਿਰ ਉਹ ਸਮਾਂ ਆਇਆ ਹਜ਼ੂਰ ਸਾਹਿਬ ਦੀ ਪਾਵਨ ਧਰਤੀ 'ਤੇ ਮੇਰੇ ਬਾਜਾਂ ਵਾਲੇ ਕਲਗੀਆਂ ਵਾਲੇ ਸਤਿਗੁਰੂ, ਇੱਕ ਐਸਾ ਸਮਾਂ ਆਇਆ ਤਿੰਨੇ ਟਾਈਮ ਮਾਰੂ ਦੇ ਸ਼ਬਦ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਇਹ ਕਿਉਂ? ਮਹਾਰਾਜ ਕਹਿੰਦੇ ਨੇ, ਸਿੱਖੋ ਹੁਣ ਸਮਾਂ ਆ ਗਿਆ। ਪਿਆ ਪੁਰਾਣਾ ਚੋਲਾ, ਪਿਆ ਪੁਰਾਣਾ ਚੋਲਾ, ਪਿਆ ਪੁਰਾਣਾ ਚੋਲਾ, ਪਿਆ ਪੁਰਾਣਾ ਚੋਲਾ, ਲੱਗੇ। ਹੁਣ ਸੰਸਾਰ ਵਿੱਚ ਰਹਿਣਾ ਨਹੀਂ, ਮੈਂ ਹਾਂ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗ ਤਮਾਸ਼ਾ। ਸਿੱਖਾਂ ਨੇ ਗਲ ਵਿੱਚ ਪੱਲੇ ਪਾ ਲਏ, ਰੋ ਰੋ ਕੇ ਪੁਕਾਰਾਂ ਕੀਤੀਆਂ ਖਾਲਸੇ ਨੇ, ਮਹਾਰਾਜ ਗੁਰੂ ਨਾਨਕ ਸਾਹਿਬ ਆਏ ਮਾਤ ਲੋਕ ਦੀ ਧਰਤੀ 'ਤੇ, ਕੱਲ ਤਾਰਨ ਗੁਰੂ ਨਾਨਕ ਆਇਆ, ਸੰਗਤਾਂ ਨੂੰ ਤਾਰਿਆ। ਸੱਚਖੰਡ ਜਾਣ ਤੋਂ ਪਹਿਲਾਂ ਗੁਰੂ ਅੰਗਦ ਸਾਹਿਬ ਦੇ ਲੜ ਲਾ ਗਏ, ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਦੇ ਲੜ ਲਾ ਗਏ, ਚਾਲੀ ਚੱਲਦੀ ਗਈ। ਤੁਹਾਡੇ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਸਾਨੂੰ ਤੁਹਾਡੇ ਲੜ ਲਾ ਗਏ। ਬਾਜਾਂ ਵਾਲਿਆ, ਤੁਸੀਂ ਤਾਂ ਸੱਚ ਖੰਡ ਦੀਆਂ ਤਿਆਰੀਆਂ ਕਰ ਰਹੇ ਹੋ, ਪਰ ਸਾਨੂੰ ਕੀ ਹੁਕਮ ਹੈ? ਸਾਨੂੰ ਕੀ ਦੇ ਲੜ ਲਾ ਕੇ ਚੱਲੇ ਹੋ? ਕੀ ਦੇ ਦਰਸ਼ਨ ਕਰਾਂਗੇ? ਕੀ ਦੇ ਨਾਲ ਬਚਨ ਕਰਾਂਗੇ? ਰੋ ਰੋ ਕੇ ਖਾਲਸੇ ਨੇ ਬੇਨਤੀਆਂ, ਕਿੱਥੇ ਚੱਲਣੀ ਹੈ ਕਲਗੀਆਂ ਵਾਲਿਆ, ਕੀ ਦੇ ਲੜ ਲਾ ਕੇ ਚੱਲੇ ਹੈ, ਕਿੱਥੇ ਚੱਲੇ ਹੈ ਕਲਗੀਆਂ ਵਾਲਿਆ, ਕੀ ਦੇ ਲੜ ਲਾ ਕੇ ਚੱਲੇ ਹੈ। ਲੜ ਲਾ ਕੇ ਚੱਲੇ ਹੋ? ਅੱਜ ਕੀਤਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼, ਪੰਜ ਪਿਆਰੇ ਹਜ਼ੂਰੀ ਵਿੱਚ, ਪੰਜ ਪੈਸੇ ਨਾਰੀਅਲ ਰੱਖ ਕੇ ਪਰਿਕਰਮਾ ਕਰਕੇ ਮੱਥਾ ਟੇਕ ਕੇ ਬਾਜਾਂ ਵਾਲੇ ਕਹਿੰਦੇ, ਖਾਲਸਾ ਜੀ ਅੱਜ ਤੋਂ ਦੇਹ ਦੀ ਪਰੰਪਰਾ ਬੰਦ। ਦੇਹ ਦੀ ਪਰੰਪਰਾ ਪਹਿਲਾਂ ਵੀ ਨਹੀਂ ਸੀ, ਪਹਿਲਾਂ ਵੀ ਜੋਤ ਦੀ ਪੂਜਾ 10 ਜਾਮਿਆਂ 'ਚ ਵਰਤੀ ਅਤੇ ਅੱਜ ਵੀ ਬਾਜਾਂ ਵਾਲੇ ਕਹਿੰਦੇ, ਆ ਗਿਆ ਭਾਈ ਅਕਾਲ ਕੀ? ਕਹਿੰਦੇ ਮੈਂ ਆਪਣੀ ਮਰਜ਼ੀ ਨਾਲ ਕੰਮ ਨਹੀਂ ਕੀਤਾ, ਅਕਾਲ ਪੁਰਖ ਦੀ ਆਗਿਆ ਹੋਈ ਹੈ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਕਲਗੀਆਂ ਵਾਲੇ ਕਹਿੰਦੇ,
ਅਕਾਲ ਪੁਰਖ ਦੀ ਆਗਿਆ ਹੋਈ ਹੈ ਤਾਂ ਪੰਥ ਸਾਜੀ ਹੈ, ਤਬੈ ਚਲਾਇਓ ਪੰਥ। ਹੁਣ ਪੰਥ ਨੂੰ ਇੱਕ ਹੁਕਮ ਹੈ ਸੁਪਰੀਮ ਪਾਵਰ ਦਾ, ਬੇਨਤੀ ਨਹੀਂ ਹੁਕਮ ਹੈ, ਸਭ ਸਿੱਖਣ ਕੋ ਹੁਕਮ ਹੈ। ਕੀ ਹੁਕਮ ਹੈ? ਗੁਰੂ ਮਾਨਿਓ, ਗੁਰੂ ਮਾਨਿਓ ਗ੍ਰੰਥ ਆਗਿਆ ਪਈ ਹੈ ਅਕਾਲ ਕੀ, ਗੁਰੂ ਮਾਨਿਓ ਗ੍ਰੰਥ ਆਗਿਆ ਪਈ ਹੈ ਅਕਾਲ ਕੀ, ਮਹਾਰਾਜ ਕਹਿਣ ਲੱਗੇ ਸਭ ਸਿੱਖਾਂ ਨੂੰ ਹੁਕਮ ਹੈ ਵੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ। ਕਹਿੰਦੇ ਸ਼ੰਕਾ ਨਾ ਰਹਿ ਜੇ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ, ਜਾਂ ਕਾ ਹਿਰਦਾ ਸ਼ੁੱਧ ਹੈ ਖੋਜ ਸ਼ਬਦ ਮੈਂ ਲੇ, ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਘਰ ਸੇਵਦੇ ਗੁਰ ਪਾਰਿਓ ਤਾਰਨ ਹਾਰ। ਬਾਜਾਂ ਵਾਲੇ ਪਾਤਸ਼ਾਹ ਕਹਿੰਦੇ ਖਾਲਸਾ ਜੀ, ਅੱਜ ਤੋਂ ਦੇਹ ਦੀ ਪਰੰਪਰਾ ਬੰਦ, ਪੂਜਾ ਸ਼ਬਦ ਦੀ, ਆਹਾ ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ, ਦਦਾਰ ਖਾਲਸੇ ਦਾ। ਬਚਨ ਕੀਤਾ ਮਹਾਰਾਜ ਦਾ ਆਖਰੀ ਬਚਨ ਸੀ ਬਾਜਾਂ ਵਾਲੇ ਦਾ, ਜਿਸ ਗੁਰੂ ਨੇ ਪਟਨਾ ਸਾਹਿਬ ਛੱਡ ਦਿੱਤਾ, ਜਿਸ ਗੁਰੂ ਨੇ ਪਾਉਂਟਾ ਪੰਘਾਣੀ ਆਨੰਦਪੁਰ ਛੱਡ ਦਿੱਤਾ, ਪਰਿਵਾਰ ਸਰਬੰਸ ਕੁਰਬਾਨ ਕਰ ਦਿੱਤਾ, ਹਜ਼ੂਰ ਸਾਹਿਬ ਚਲੇ ਗਏ, ਅੱਜ ਹਜ਼ੂਰ ਸਾਹਿਬ ਛੱਡਣ ਲੱਗਿਆ ਦੁਨਿਆਵੀ ਮਾਂ ਪਿਓ ਵੀ, ਜੇ ਕੋਈ ਦੁਨਿਆਵੀ ਬਾਪ ਆਪਣੇ ਬੱਚਿਆਂ ਨੂੰ ਕੋਈ ਬਚਨ ਆਖੇ ਨਾ ਆਖਰੀ, ਉਹ ਵੀ ਮੰਨਦੇ ਨੇ। ਪਰ ਬਾਜਾਂ ਵਾਲੇ ਨੇ ਸਾਰਾ ਕੁਝ ਕੁਰਬਾਨ ਕਰਕੇ ਇੱਕੋ ਗੱਲ ਆਖੀ ਸੀ, ਖਾਲਸਾ ਜੀ ਹੋਰ ਤੇ ਕੁਝ ਨਹੀਂ ਮੰਗਦਾ, ਪੰਥ ਵਸੇ ਮੈਂ ਉੱਜਣਾ ਮੇਰੇ ਮਨ ਚਾਓ ਘਨੇਰਾ, ਸੁਖੀ ਬਸੇ ਮੋਰੋ ਪਰਿਵਾਰਾ, ਸੇਵਕ ਸਿੱਖ ਸਭੇ ਕਰਤਾਰਾ। ਜਦੋਂ ਕਲਗੀਆਂ ਵਾਲਾ ਕਦੀ ਪੁੱਤਰ ਦੇ ਰੂਪ ਵਿੱਚ ਤੇ ਪਿਤਾ ਵਾਰਿਆ, ਤੇ ਪਿਤਾ ਦੇ ਰੂਪ 'ਚ ਆਇਆ ਤੇ ਪੁੱਤਰ ਵਾਰੇ, ਮੰਗਿਆ ਕੁਝ ਨਹੀਂ, ਇਨ ਪੁੱਤਰਨ ਕੇ ਸੀਸ ਪੈ ਵਾਰ ਦੀ ਇਹ ਸੁੱਤ ਚਾਰ, ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਪਰ ਅੱਜ ਇੱਕ ਗੱਲ ਆਖੀ ਸੀ ਖਾਲਸਾ, ਉਹ ਵੀ ਮੁਨਕਰ ਹੋ ਗਿਆ, ਕਿਹੜੀ? ਜਪੋ ਖਾਲਸਾ ਜੀ ਸਾਰੇ ਜਾਗ ਦੀ ਜੋਤ ਨੂੰ, ਜਪੋ ਖਾਲਸਾ ਜੀ ਸਾਰੇ ਜਾਗ ਦੀ ਜੋਤ ਨੂੰ, ਜਪੋ ਖਾਲਸਾ ਸਾਰੇ ਪੂਜੋ ਖਾਲਸਾ, ਜਪੋ ਖਾਲਸਾ ਸਾਰੇ ਪੂਜੋ ਖਾਲਸਾ, ਜਪੋ ਖਾਲਸਾ ਸਾਰੇ ਪੂਜੋ ਖਾਲਸਾ, ਜਪੋ ਖਾਲਸਾ ਸਾਰੇ ਪੂਜੋ ਜਾਨ, ਜਪੋ ਖਾਲਸਾ ਸਾਰੇ ਪੂਜੋ ਖਾਲਸਾ, ਜਪੋ ਖਾਲਸਾ ਸਾਰੇ ਪੂਜੋ ਖਾਲਸਾ, ਸਾਰੇ ਜਪੋ ਖਾਲਸਾ ਜੀ ਸਾਰੇ ਜਾਗਦੀ ਜੋਤ ਨੂੰ, ਜਪੋ ਖਾਲਸਾ ਸਾਰੇ ਜਾਗਦੀ ਜੋਤ ਨੂੰ, ਭਈਆ ਕਾਲ ਕੀ ਤਬ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਬਾਜਾਂ ਵਾਲੇ ਨੇ ਇੱਕੋ ਹੀ ਗੱਲ ਆਖੀ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਿਓ। ਅੱਜ ਮਾਰੋ ਮਨਾਂ 'ਚ ਝਾਤੀਆਂ, ਕਿੰਨਾ ਕੁ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਹਾਂ। ਆਓ ਡਬਲ ਬੈੱਡਾਂ 'ਤੇ ਸੋਈਏ, ਗੁਰੂ ਨੇ ਨਿੱਕੇ ਨਿੱਕੇ ਪੀੜ੍ਹਿਆਂ 'ਤੇ, ਆਪ ਕੀਮਤੀ ਬਸਤਰ ਪਾਈਏ,
ਤੇ ਗੁਰੂ ਨੂੰ ਬੇਮੌਸਮੀ ਰੁਮਾਲੇ, ਸਸਤੇ ਰੁਮਾਲੇ। ਸਿੱਖਾ ਕਿੱਧਰ ਗਈ ਤੇਰੀ ਸ਼ਰਧਾ, ਕਿੱਧਰ ਗਈ ਤੇਰੀ ਭਾਵਨਾ, ਭੁੱਲ ਗਿਆ ਤੈਨੂੰ ਬਾਜਾਂ ਵਾਲਾ, ਭੁੱਲ ਗਏ ਬਾਜਾਂ ਵਾਲੇ ਦੇ ਕਹੇ ਹੋਏ ਬਚਨ। ਬਾਜਾਂ ਵਾਲੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਖਾਲਸੇ ਨੂੰ ਅੱਜ ਤੰਬੂ ਕਨਾਤ ਲਵਾ ਕੇ, ਚੀਖਾ ਚਿਣ ਕੇ ਚਿਣਾ ਕੇ, ਸਿੱਖੋ ਤਬੇਲੇ 'ਚ ਮੇਰਾ ਘੋੜਾ ਤਿਆਰ ਕਰੋ, ਜੋੜਾ ਲਿਆਓ, ਘੋੜੇ 'ਤੇ ਕਾਠੀ ਪਾ ਦਿਓ। ਤੁਹਾਨੂੰ ਬਾਜਾਂ ਵਾਲਿਆ, ਅੱਜ ਮਹਾਰਾਜ ਸਣਦੇ ਹੀ ਸੱਚਖੰਡ ਨੂੰ ਚਲੇ ਗਏ, ਜਿਵੇਂ ਗੁਰੂ ਨਾਨਕ ਸਾਹਿਬ ਗਏ। ਕਿ ਬਾਜਾਂ ਵਾਲਾ ਕਿਤੇ ਚਲਾ ਗਿਆ? ਬਚਨ ਹੋਇਆ ਸੀ ਬਾਬੇ ਨਿਧਾਨ ਸਿੰਘ ਨੂੰ, ਤੇਰੇ ਲੰਗਰਾਂ 'ਚੋਂ ਪ੍ਰਸ਼ਾਦਾ ਛਕਿਆ ਕਰਾਂਗਾ ਬਾਬਾ, 18 ਘੰਟੇ ਮੇਰਾ ਨਿਵਾਸ ਇਸ ਧਰਤੀ 'ਤੇ ਹੋਵੇਗਾ, ਬਾਕੀ ਸਮਾਂ 24 ਘੰਟਿਆਂ 'ਚੋਂ, ਬਾਕੀ ਸਮਾਂ ਜਿਹੜੇ 6 ਘੰਟੇ ਨੇ ਉਹ ਅਸੀਂ ਸੰਸਾਰ ਦਾ ਚੱਕਰ ਲਾਇਆ ਕਰਾਂਗੇ, 18 ਘੰਟੇ ਹਜ਼ੂਰ ਸਾਹਿਬ ਦੀ ਧਰਤੀ 'ਤੇ ਨਿਵਾਸ ਕਰਾਂਗੇ। ਮੈਂ ਆਪਦੇ ਸਿੱਖ ਨੂੰ 60 ਸਾਲਾਂ ਤੱਕ ਉਡੀਕਾਂਗਾ। ਆਓ ਨਾ ਫਿਰ ਪੜ੍ਹ ਲਓ। ਆਓ ਸੰਗਤੇ ਹਜ਼ੂਰ ਸਾਹਿਬ ਚੱਲੀਏ, ਬਾਜਾਂ ਵਾਲਾ ਬਾਜਾਂ ਮਾਰਦਾ। ਆਓ ਸੰਗਤੇ ਹਜ਼ੂਰ ਸਾਹਿਬ ਚੱਲੀਏ, ਬਾਜਾਂ ਵਾਲਾ ਬਾਜਾਂ ਮਾਰਦਾ। ਬਾਜਾਂ ਵਾਲਾ ਜੀ ਬਾਜਾਂ ਮਾਰਦਾ, ਉਹ ਸਿੱਖਾਂ ਕਲਗੀਆਂ ਵਾਲਾ ਓਏ ਤੈਨੂੰ ਬਾਜਾਂ ਮਾਰਦਾ। ਬਾਜਾਂ ਵਾਲਾ ਬਾਜਾਂ ਮਾਰਦਾ। ਬਾਜਾਂ ਵਾਲਾ ਉਡੀਕਦਾ ਹੈ, ਸਿੱਖਾ ਤੂੰ ਆਵੇਂਗਾ? ਕਿਤੇ ਗਿਆ ਨਹੀਂ। ਜਦੋਂ ਮਹਾਰਾਜਾ ਰਣਜੀਤ ਸਿੰਘ ਗਿਆ ਨਾ ਦਰਸ਼ਨ ਕਰਨ ਵਾਸਤੇ ਹਜ਼ੂਰ ਸਾਹਿਬ ਦੇ, ਉਹ ਕਹਿੰਦਾ ਵੀ ਬਾਜਾਂ ਵਾਲੇ ਪਾਤਸ਼ਾਹ ਦਾ ਹੋਵੇ ਤਪ ਸਥਾਨ, ਕਲਗੀਆਂ ਵਾਲੇ ਪਾਤਸ਼ਾਹ ਦਾ ਹੋਵੇ ਅੰਗੀਠਾ ਸਾਹਿਬ, ਜਿੱਥੇ ਬਾਜਾਂ ਵਾਲੇ ਪਾਤਸ਼ਾਹ ਨੇ ਪੁੱਤਰਾਂ ਦੇ ਦਾਨੀ ਨੇ, ਕਲਗੀਆਂ ਵਾਲੇ ਪਾਤਸ਼ਾਹ ਨੇ ਅੰਤਮ ਸਵਾਸ ਲਏ ਹੋਣਾ। ਇੱਥੇ ਗੁਰਦੁਆਰਾ ਹੀ ਨਹੀਂ ਬਣਾਇਆ ਦੱਖਣੀ ਸਿੰਘਾਂ ਨੇ? ਕਿ ਪੰਜਾਬ ਦੇ ਸਿੱਖ ਆਉਂਦੇ ਨਹੀਂ? ਮਹਾਰਾਜਾ ਬੜੇ ਸਿੱਖ ਆਉਂਦੇ ਨੇ, ਬੜੇ ਸ਼ਰਧਾਲੂ ਆਉਂਦੇ ਨੇ ਦੇਸ਼ਾਂ ਵਿਦੇਸ਼ਾਂ ਤੋਂ, ਫਿਰ ਇਹ ਗੁਰਦੁਆਰਾ ਕਿਉਂ ਨਹੀਂ ਬਣਾਇਆ? ਕਹਿੰਦੇ ਉਹ ਬਾਜਾਂ ਵਾਲੇ ਬਚਨ ਕਰ ਗਏ ਸੀ, ਜਿਹੜਾ ਮੇਰੀ ਯਾਦ ਬਣਾਵੇਗਾ ਨਾ ਉਹਦਾ ਰਹਿਣਾ ਕੱਖ ਨਹੀਂ। ਅਤੇ ਸਿੱਖ ਡਰਦੇ ਨੇ ਵੀ ਸਾਡਾ ਰਹਿਣਾ ਕੱਖ ਨਹੀਂ। ਸ਼ੇਰੇ ਪੰਜਾਬ ਦੀਆਂ ਧਾਹਾਂ ਨਿਕਲ ਗਈਆਂ, ਉਹਦੀਆਂ ਭੁੱਬਾਂ ਨਿਕਲ ਗਈਆਂ। ਉਹ ਕਹਿੰਦਾ ਵਾ ਉਹ ਸਿੱਖੋ, ਜਿਸ ਗੁਰੂ ਨੇ ਤੁਹਾਡੇ ਵਾਸਤੇ ਆਪਣੇ ਵਾਸਤੇ ਆਪਣਾ ਹੀ ਕੱਖ ਨਹੀਂ ਰੱਖਿਆ, ਪੁੱਤਰ ਵਾਰ ਕੇ ਕਲਗੀਆਂ ਵਾਲਾ, ਸੁੱਖਾਂ ਮੰਗੇ ਪੰਥ ਦੀਆਂ
पुत्र वार के कलगिया वाला सुखा मंगे पंथ दिया दरबार के कलगिया वाला वो सुखा मंगे सुखा मंगदा दरबार के कलगिया वाला पंथ दिया सुखा मंगदा दरबार के कलगिया वाला पंथ दिया सुखा मंगदा दरबार के कलगिया वाला पंथ दिया सुखा मंगदा पुत्र वार के कलगिया वाला पंथ दिया सुखा मंगदा से मोरो परिवार केड़ा परिवार कहंदे सेवक सिख सबे करतारा महाराजा रणजीत सिंह दियां ताहां निकल गईयां शेरे पंजाब दियां कहंदा वाओ सिखो इस गल्लों डर गए कहंदा दास बनावेगा कलगियां वाले दा ए तप स्थान इत्थे बनेगा सचखंड सचखंड प्याना कीता ना बाजां वाले ने कहंदे तेरा रहना कख नहीं शेरे पंजाब कहंदा इत्थे रिहा भी कीदा कहंदा मेरे मन विच इक चाह है कहंदे केड़ा झंडे झूल दे नगारे रहन वजदे मेरा भावें कख ना रहे झंडे झूल दे नगारे रहन वजदे मेरा भावें कख ना रहे झंडे झूल दे नगारे रैण वज दे मेरा पावे कख ना रहे मेरा पावे कख ना रहे झंडे झूल दे नगारे रैण वज दे मेरा पावे कख ना रहे ना रहे झंडे झूल दे नगारे रैन बज दे मेरा पावे कख ना रहे पंजाब महाराजा रणजीत सिंह कहंदा मैं इस स्थान की सेवा दास करावेगा मेरा कुछ रहे जा ना रहे ते खालसा जी उस स्थान की सेवा कराई अज कौन भुलिया शेरे पंजाब महाराजा रणजीत सिंह नूं ओदे तन ते पहनण वालियां श्री साहिबां तलवारां कृपाना वो कलगियां वाले दे सचखंड विच ने रोज़ दो टाइम दर्शन कराए जांदे ने ते नाल किया जांदा ये श्री साहिबां महाराजा रणजीत सिंह शेरे पंजाब दियां ने गज के आखो सतनाम श्री वाहिगुरु जी शेरे पंजाब ने वो सेवा कराई क्यों बाजां वाला किते चला गया पुजारी साहब सेवा करदे उहदे थले एक भोरा बनिया जिहदे संगतां दर्शन नहीं कर सकदियां सचखंड दे थले एक भोरा बनिया एक दिन पुजारी साहब धूफ बत्ती रोज करिया करन थले जा के एक बार पुजारी साहब सिंह साहब बाबा जोगिंदर सिंह जी मोनी
ਥੋੜ੍ਹਾ ਜਿਹਾ ਸਮਾਂ ਲੇਟ ਹੋ ਗਏ। ਜਦੋਂ ਅੰਦਰ ਗਏ ਕੀ ਵੇਖਿਆ, ਬਾਜਾਂ ਵਾਲੇ ਦਸਤਾਰ ਸਜਾ ਰਹੇ ਨੇ, ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ। ਕੋਲ ਖੜੇ ਨੇ ਭਾਈ ਦਇਆ ਸਿੰਘ ਜੀ, ਪੰਜ ਪਿਆਰੇ ਕੋਲ ਖੜੇ, ਬਾਜਾਂ ਵਾਲੇ ਦਸਤਾਰ ਸਜਾ ਰਹੇ ਅਤੇ ਸ਼ਹੀਦਾਂ ਨੇ ਮਾਰਿਆ ਧੱਕਾ, ਬਾਹਰ ਆ ਗਏ, ਦੱਸਿਆ ਨਹੀਂ ਜਾਂਦਾ, ਸਾਰੇ ਆਖਣ ਹੋ ਕੀ ਗਿਆ। ਕਹਿੰਦਾ ਦਰਸ਼ਨ ਕਰਕੇ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਾਤਮੇ ਨਾ ਮੱਤ ਹੈ, ਜ਼ਬਾਨ ਬੋਲਦੀ ਨਹੀਂ। ਅੱਜ ਜਾਣਾ ਖਾਣਾ ਹੀ ਕਹਿੰਦਾ ਮੇਰੇ 'ਚ ਬਾਬਾ ਦੀਪ ਸਿੰਘ ਆ ਗਿਆ, ਉਹ ਅਮਰ ਸ਼ਹੀਦ ਇੱਕ ਮਲ ਮੂਤਰ ਦੇ ਗੁਥਲੇ 'ਚ ਆਵੇਗਾ। ਕਰਮ ਮਾੜੇ ਭੂਤ ਤਾਂ ਹੋ ਸਕਦੇ ਨੇ, ਬਾਣੀ ਨੇ ਵੀ ਆਖਿਆ ਇੱਕ ਨਹੀਂ ਕਰੋੜਾਂ ਨੇ, ਜਿਹੜੇ ਨਾਮ ਨਹੀਂ ਜਪਦੇ ਉਹ ਭੂਤ ਹੀ ਨੇ। ਭੂਤਾਂ ਦਾ ਵਾਸ ਹੈ ਜਿੱਥੇ ਮਹਾਂਪੁਰਖਾਂ ਦੀ ਸੇਵਾ ਨਹੀਂ, ਭਜਨ ਬੰਦਗੀ ਨਹੀਂ। ਸਾਧ ਸੰਗਤ ਬੋਲਿਆ ਨਾ ਜਾਏ, ਫਿਰ ਅਰਦਾਸ ਕੀਤੀ ਬਾਜਾਂ ਵਾਲਿਆਂ ਮੇਰੇ ਤੋਂ ਭੁੱਲ ਹੋ ਗਈ, ਭੁੱਲ ਹੋ ਗਈ। ਸ਼ਹੀਦੀ ਪਹਿਰਾਂ ਦੇ ਫੌਜੇ ਸ਼ਹੀਦੀ ਫੌਜਾਂ ਦੇ ਪਹਿਰੇ ਲੱਗੇ ਨੇ ਬਾਜਾਂ ਵਾਲਿਆ, ਹੁਣ ਕਿਰਪਾ ਕਰੋ। ਜਦ ਅਰਦਾਸ ਕੀਤੀ ਤਾਂ ਫਿਰ ਸਾਧ ਸੰਗਤ ਉਹ ਜ਼ਬਾਨ ਦੇ ਵਿੱਚੋਂ ਜਿਹੜੀ ਜ਼ਬਾਨ ਰੁਕ ਗਈ ਸੀ ਫਿਰ ਬੋਲਣਾ ਸ਼ੁਰੂ ਕੀਤਾ, ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ। ਬਾਜਾਂ ਵਾਲਾ ਕਿਤੇ ਗਿਆ ਨਹੀਂ, ਅੱਜ ਵੀ ਹਾਜ਼ਰ ਨਾਜ਼ਰ ਵੱਸਦਾ ਹੈ। ਸਾਧ ਸੰਗਤ ਉੱਥੇ ਦੀ ਸੇਵਾ, ਸਿੰਘ ਸਹਿਬ ਬਾਬਾ ਜੋਗਿੰਦਰ ਸਿੰਘ ਜੀ ਮਹਾਰਾਜ ਮੋਨੀ, ਕਿਤੇ ਸੰਤ ਬਾਬਾ ਹਜੂਰਾ ਸਿੰਘ ਜੀ ਮਹਾਰਾਜ, ਅੱਜ ਮੌਜੂਦਾ ਮਹਾਂਪੁਰਖ ਸਤਿਕਾਰਯੋਗ ਸਿੰਘ ਸਹਿਬ ਪੁਜਾਰੀ ਬਾਬਾ ਕੁਲਵੰਤ ਸਿੰਘ ਜੀ, ਮਿੱਠ ਬੋਲੜੇ ਪਿਆਰ ਵਾਲੇ, ਔਰ ਕਮਾਈ ਕਮਾਈਆਂ ਕਮਾਈਆਂ ਤੋਂ ਬਿਨਾਂ ਉਹ ਡਿਊਟੀਆਂ ਦਰਗਾਹ ਹੀ ਨਹੀਂ ਮਿਲਦੀਆਂ। 4 ਘੰਟੇ ਕੇਵਲ ਮਹਿਲਾਂ 'ਚ ਜਾਣਾ ਹੈ, ਸਮੇਂ ਮੁਤਾਬਕ ਹਾਜ਼ਰ ਨਾਜ਼ਰ ਬਾਜਾਂ ਵਾਲਾ ਵੱਸਦਾ, ਭੋਗ ਲਵਾਇਆ ਜਾਂਦਾ ਹਾਜ਼ਰ ਨਾਜ਼ਰ। ਧੰਨ ਬਾਬਾ ਨੰਦ ਸਿੰਘ ਜੀ ਕਲੇਰਾਂ ਵਾਲੇ, ਇਹ ਭੋਗ ਦੀ ਮਰਿਆਦਾ ਹਜ਼ੂਰ ਸਾਹਿਬ ਤੋਂ ਲੈ ਕੇ ਆਏ, ਅਤੇ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੀ ਮਰਿਆਦਾ ਹਰਿਮੰਦਰ ਸਾਹਿਬ ਤੋਂ ਲੈ ਕੇ ਆਏ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ। ਹਜ਼ੂਰ ਸਾਹਿਬ ਜਦੋਂ ਕਿਤੇ ਮੱਲਾ ਨਿਕਲਦਾ ਨਾ, ਦੀਵਾਲੀ ਨੂੰ ਤਖ਼ਤ ਇਸ਼ਨਾਨ ਹੁੰਦਾ ਹੈ, ਮੱਲਾ ਨਿਕਲਦਾ ਹੈ, ਉਹ ਜਿਹੜੇ ਉਸ ਅੰਸ਼ ਬੰਸ਼ ਵਿੱਚੋਂ ਘੋੜੇ ਜਿਨ੍ਹਾਂ ਦੀ ਬਾਜਾਂ ਵਾਲਾ ਸਵਾਰੀ ਕਰਦਾ, ਉਹਨਾਂ ਘੋੜਿਆਂ ਨੂੰ ਅੱਜ ਵੀ ਪਸੀਨਾ ਆਉਂਦਾ ਜੇ, ਉਹ ਭਾਗਾਂ ਵਾਲਿਆਂ ਨੂੰ ਉੱਥੇ ਦਰਸ਼ਨ ਹੁੰਦੇ ਜੇ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਸ ਵਾਸਤੇ ਜਿੰਨੀਆਂ ਵੀ ਸੰਗਤਾਂ ਬੈਠੇ ਹੋ ਸੁਣ ਰਹੇ ਹੋ, ਆਓ ਸੰਗਤੇ ਹਜ਼ੂਰ ਸਾਹਿਬ ਚੱਲੀਏ, ਬਾਜਾਂ ਵਾਲਾ ਬਾਜਾਂ ਮਾਰਦਾ, ਆਓ ਸੰਗਤੇ ਹਜ਼ੂਰ ਸਾਹਿਬ ਚੱਲੀ, ਬਾਜਾਂ ਵਾਲਾ ਬਾਜਾਂ ਮਾਰਦਾ, ਆਓ ਸੰਗਤੇ ਹਜ਼ੂਰ ਸਾਹਿਬ ਚੱਲੀਏ, ਬਾਜਾਂ ਵਾਲਾ ਬਾਜਾਂ ਮਾਰਦਾ, ਆਓ ਸੰਗਤੇ ਹਜ਼ੂਰ ਸਾਹਿਬ ਚੱਲੀਏ, ਬਾਜਾਂ ਵਾਲਾ ਬਾਜਾਂ ਮਾਰਦਾ, ਆਓ ਸੰਗਤੇ ਹਜ਼ੂਰ ਸਾਹਿਬ ਚੱਲੀਏ, ਬਾਜਾਂ ਵਾਲਾ ਬਾਜਾਂ ਮਾਰਦਾ, ਆਓ ਸੰਗਤੇ ਹਜ਼ੂਰ ਸਾਹਿਬ ਚੱਲੀਏ, ਬਾਜਾਂ ਵਾਲਾ ਬਾਜਾਂ ਮਾਰਦਾ, ਬਾਜਾਂ ਵਾਲਾ ਬਾਜਾਂ ਮਾਰਦਾ, ਕਲਗੀਆਂ ਵਾਲਾ ਬਾਜਾਂ ਮਾਰਦਾ, ਬਾਜਾਂ ਵਾਲਾ ਬਾਜਾਂ ਮਾਰਦਾ, ਆਓ ਸੰਗਤੇ ਹਜ਼ੂਰ ਸਾਹਿਬ ਚੱਲੀਏ, ਬਾਜਾਂ ਵਾਲਾ ਬਾਜਾਂ ਮਾਰਦਾ, ਬਾਜਾਂ ਵਾਲਾ ਬਾਜਾਂ ਮਾਰਦਾ, ਆਓ ਸੰਗਤੇ ਹਜ਼ੂਰ ਸਾਹਿਬ ਚੱਲੀਏ, ਬਾਜਾਂ ਵਾਲਾ ਬਾਜਾਂ ਮਾਰਦਾ, ਆਓ ਜਿਨ੍ਹਾਂ ਨੇ ਦੀਦਾਰ ਨਹੀਂ ਕੀਤੇ ਪਿਆਰਿਓ, ਆਓ ਹਜ਼ੂਰ ਸਾਹਿਬ ਕਰੋ ਦਰਸ਼ਨ ਜਾ ਕੇ ਬਾਜਾਂ ਵਾਲੇ ਦੇ, ਕਰੋ ਦਰਸ਼ਨ ਕਲਗੀਆਂ ਵਾਲੇ ਦੇ। ਅੱਜ ਵੀ ਕਲਗੀਆਂ ਵਾਲਾ ਹਾਜ਼ਰ ਨਾਜ਼ਰ ਵੱਸਦਾ ਜੇ, ਕਿਤੇ ਨਹੀਂ ਜੇ ਗਿਆ।
ਜੇ ਬਾਬਾ ਨਿਧਾਨ ਸਿੰਘ ਨੂੰ ਦਰਸ਼ਨ ਦਿੱਤੇ ਨਾ ਤੇ ਅੱਜ ਵੀ ਬਾਬਾ ਨਿਧਾਨ ਸਿੰਘ ਦੇ ਲੰਗਰ ਚੱਲਦੇ ਜੇ ਕਾਰ ਸੇਵਾ ਵਾਲੇ ਮਹਾਂਪੁਰਖ ਧੰਨ ਬਾਬਾ ਸ਼ੀਸ਼ਾ ਸਿੰਘ ਜੀ ਲੰਗਰ ਚਲਾ ਰਹੇ ਨੇ ਸਾਧ ਸੰਗਤ ਬਚਨ ਦਿੱਤਾ ਬਾਜਾਂ ਵਾਲੇ ਨੇ ਬਾਬਾ ਤੇਰੇ ਲੰਗਰਾਂ 'ਚੋਂ ਭੋਜਨ ਪਾਇਆ ਕਰਾਂਗਾ ਕਿਸੇ ਰੂਪ ਵਿੱਚ ਆਵਾਂ ਬਾਬਾ ਹੱਥ ਤੇਰਾ ਤੇ ਖੀਸਾ ਮੇਰਾ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਬਚਨ ਦਿੱਤੇ ਬਾਜਾਂ ਵਾਲੇ ਨੇ ਕਲਗੀਆਂ ਵਾਲੇ ਸਤਿਗੁਰ ਨੇ ਬਚਨ ਦਿੱਤੇ ਲੋੜ ਤੇ ਸ਼ਰਧਾ ਦੀ ਹੈ ਲੋੜ ਤੇ ਭਾਵਨਾ ਦੀ ਹੈ ਸਾਧ ਸੰਗਤ ਇੱਕ ਵਾਰ ਇੱਕ ਪ੍ਰੇਮੀ ਉੱਥੇ ਗੱਡੀ ਨਵੀਂ ਲੈ ਕੇ ਗਿਆ ਮੱਥਾ ਟੇਕਣ ਲਈ ਮੱਥਾ ਟੇਕਣ ਲਈ ਜਾ ਕੇ ਅਰਦਾਸ ਕਰਾਈ ਉਹ ਕਿਤੇ ਪਰਚੀ ਲਿਖਣ ਵਿੱਚ ਭੁਲੇਖਾ ਪੈ ਗਿਆ ਅਤੇ ਪੁਜਾਰੀ ਸਾਹਿਬ ਤੋਂ ਅਰਦਾਸ ਹੋਈ ਵੀ ਇਹ ਗੱਡੀ ਦੀ ਸੇਵਾ ਕਰਵਾ ਰਿਹਾ ਉਹਨੇ ਚਾਬੀਆਂ ਕਾਗਜ਼ ਮੱਥਾ ਟੇਕ ਦਿੱਤੇ ਪੁਜਾਰੀ ਸਾਹਿਬ ਕਹਿੰਦੇ ਇਹ ਕਿਉਂ ਕਹਿੰਦਾ ਜੀ ਆਪ ਜੀ ਨੇ ਅਰਦਾਸ ਕੀਤੀ ਕਹਿੰਦਾ ਵੀ ਭੁਲੇਖਾ ਲੱਗ ਗਿਆ ਬਚਨ ਉਲਟ ਗਿਆ ਇੰਨੀ ਸ਼ਰਧਾ ਇੰਨੀ ਭਾਵਨਾ ਨਹੀਂ ਜੀ ਬਾਜਾਂ ਵਾਲੇ ਨੂੰ ਭਾਉਂਦਾ ਹੀ ਐਵੇਂ ਆ ਗੱਡੀ ਛੱਡ ਕੇ ਤੁਰ ਆਇਆ ਪੰਜਾਬ ਨੂੰ ਟ੍ਰੇਨ ਵਿੱਚ ਬੈਠਾ ਸਾਧ ਸੰਗਤ ਇੱਕ ਪ੍ਰੇਮੀ ਨਾਲ ਆ ਕੇ ਬਹਿ ਗਿਆ ਬਚਨ ਬਲਾਸ ਹੋਏ ਥੋੜ੍ਹੇ ਸਮੇਂ ਬਾਅਦ ਕਿਤੇ ਅੱਖ ਲੱਗ ਗਈ ਉਹ ਪ੍ਰੇਮੀ ਖਬਰੇ ਕਿੱਥੇ ਉਤਰ ਗਿਆ ਘੰਟਾ ਉਡੀਕ ਦੋ ਘੰਟੇ ਚਾਰ ਘੰਟੇ ਆਇਆ ਹੀ ਨਹੀਂ ਇੱਧਰ ਡੱਬੇ 'ਚ ਦੇਖ ਇੱਧਰ ਦੇਖ ਉਹ ਅਟੈਚੀ ਰੱਖ ਗਿਆ ਸਮਾਨ ਰੱਖ ਗਿਆ ਜਾਂ ਅਟੈਚੀ ਵੇਖਿਆ ਵਿੱਚੋਂ ਰੁਪਈਆਂ ਦਾ ਭਰਿਆ ਹੈ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਸਾਡੇ ਵਰਗਾ ਹੁੰਦਾ ਤੇ ਘਰ ਨੂੰ ਚਲਾ ਜਾਂਦਾ ਪਰ ਘਰ ਨੂੰ ਤੇ ਤਾਂ ਜਾਂਦਾ ਜੇ ਘਰ ਨੂੰ ਜਾਣਾ ਤੇ ਦਿੰਦਾ ਕਿਉਂ ਫਿਰ ਵਾਪਸ ਦੂਜੀ ਟ੍ਰੇਨ ਲਈ ਹਜ਼ੂਰ ਸਾਹਿਬ ਪੁਜਾਰੀ ਸਾਹਿਬ ਕਹਿੰਦੇ ਕਿਉਂ ਘਰਦਿਆਂ ਨੇ ਮੋੜ ਦਿੱਤਾ ਵਾਪਸ ਨੇਤਰਾਂ 'ਚ ਜਲ ਨਹੀਂ ਪੁਜਾਰੀ ਸਾਹਿਬ ਮੈਂ ਤੇ ਬੇਨਤੀ ਕਰਨ ਆਇਆ ਸਾਰੀ ਵਾਰਤਾ ਦੱਸੀ ਪੁਜਾਰੀ ਸਾਹਿਬ ਕਹਿੰਦੇ ਉਹ ਤੇਰੀ ਭਾਵਨਾ ਨੂੰ ਭਾਗ ਲੱਗ ਗਏ ਉਹ ਮੁਸਾਫਰ ਨਹੀਂ ਸੀ ਕਹਿੰਦਾ ਨਹੀਂ ਜੀ ਮੁਸਾਫਰ ਹੀ ਸੀ ਕਹਿੰਦੇ ਨਹੀਂ ਮੁਸਾਫਰ ਨਹੀਂ ਸੀ ਮਹਾਰਾਜ ਫਿਰ ਕੌਣ ਸੀ ਕਹਿੰਦੇ ਪਿਆਰਿਆ ਉਹ ਤਾਂ ਬਣ ਕੇ ਮੁਸਾਫਰ ਆਇਆ ਧੰਨ ਗੁਰੂ ਬਾਜਾਂ ਵਾਲੜਾ ਉਹ ਤਾਂ ਬਣ ਕੇ ਮੁਸਾਫਰ ਆ ਗਿਆ ਧੰਨ ਗੁਰੂ ਬਾਜਾਂ ਵਾਲੜਾ ਧੰਨ ਗੁਰੂ ਬਾਜਾਂ ਵਾਲੜਾ ਉਹ ਤਾਂ ਬਣ ਕੇ ਮੁਸਾਫਿਰ ਆ ਗਿਆ ਧੰਨ ਗੁਰੂ ਬਾਜਾਂ ਵਾਲੜਾ ਉਹ ਤਾਂ ਬਣ ਕੇ ਮੁਸਾਫਰ ਆ ਗਿਆ ਮੁਸਾਫਰ ਬਣ ਕੇ ਆ ਗਿਆ ਧੰਨ ਗੁਰੂ ਬਾਜਾਂ ਵਾਲੜਾ ਉਹ ਤਾਂ ਬਣ ਕੇ ਮੁਸਾਫਰ ਆ ਗਿਆ ਧੰਨ ਗੁਰੂ ਬਾਜਾਂ ਵਾਲੜਾ ਪੁਜਾਰੀ ਸਾਹਿਬ ਕਹਿੰਦੇ ਉਹ ਬਾਜਾਂ ਵਾਲਾ ਸੀ ਨਹੀਂ ਮਹਾਰਾਜ ਮੁਸਾਫਰ ਕਹਿੰਦੇ ਮਾਇਆ ਤਾਂ ਨਹੀਂ ਗਿਣੀ ਨਹੀਂ ਕਹਿੰਦੇ ਲਿਆ ਫਿਰ ਗਿਣੀਏ ਮਾਇਆ ਜਦੋਂ ਮਾਇਆ ਗਿਣੀ ਬਿਲਕੁਲ ਉਨੀ ਜਿੰਨੇ ਦੀ ਉਹ ਨਵੀਂ ਗੱਡੀ ਆਈ ਸੀ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਹੁਣ ਹੈ ਵਿਸ਼ਵਾਸ ਕਹਿੰਦਾ ਹਾਂ ਮਹਾਰਾਜ ਕਹਿੰਦੇ ਜਾ ਮਾਇਆ ਲੈ ਜਾ ਤੇ ਨਵੀਂ ਗੱਡੀ ਖਰੀਦ ਲੈ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਲੋੜ ਤੇ ਪਿਆਰਿਓ ਸ਼ਰਧਾ ਦੀ ਹੈ ਬੋਲਿਆ ਰੱਬ ਤੈਥੋਂ ਸ਼ਾਹ ਤੈਥੋਂ ਵੱਖ ਨਹੀਂ ਤੇਰੀ ਵੇਖਣ ਵਾਲੀ ਅੱਖ ਨਹੀਂ ਲੋੜ ਹੈ ਸ਼ਰਧਾ ਦੀ ਲੋੜ ਹੈ ਭਾਵਨਾ ਦੀ ਲੋੜ ਹੈ ਤੇਰੇ ਪ੍ਰੇਮ ਅਤੇ ਪਿਆਰ ਦੀ ਬਾਜਾਂ ਵਾਲਾ ਅੱਜ ਵੀ ਕਿਤੇ ਨਹੀਂ ਗਿਆ ਕਲਗੀਆਂ ਵਾਲਾ ਅੱਜ ਵੀ ਕਿਤੇ ਨਹੀਂ ਗਿਆ ਉਹ ਤਾਂ ਤੇਰੇ ਅੰਗ ਸੰਗ ਵੱਸਦਾ ਹੈ ਪਰ ਤੇਰੀ ਸ਼ਰਧਾ ਬਣ ਜਾਏ
तेरी भावना बन जाए, तू बाजां वाले का हुक्म मान के धन गुरु ग्रंथ साहिब के चरणों नाल जुड़ जाए, तू खंडे बाटे का अमृत छक के गुरु वाला बन जाए, तू शस्त्रधारी हो जाए, तो गुरु का कोई बचन कमा लवे नितनेम नाल, जिवें धन बाबा अतर सिंह जी पैदल चल के गए पंजाब की धरती तो, साध संगत कशहरे भी मस्ताने हो गए, प्रशादा भी ना छकिया, पुजारी साहब के दर्शन होए, कलगीधर ने दर्शन दिते, पुजारी साहब नूं बस्त्र भेजे, तो बाबा अतर सिंह जी कहिंदे मैनू बस्त्रां दी लोड़ नहीं, भोजन की लोड़ नहीं, मैनू कलगीधर दे दीदार चाहिए ने, कलगियां वाले आप बाबा अतर सिंह जी नूं दर्शन दिते, धन बाबा नंद सिंह कलेरां वालियां नूं दर्शन दिते, उत्थों दातां लईयां, धन बाबा ईश्वर सिंह जी कलेरां वालियां ने उहनां नूं दर्शन दिते, ते नानकसर कलेरां दे तीसरे महापुरख धन बाबा कुंदन सिंह जी जिन्हां ने दर्शन किए, पर सारी जिंदगी धन गुरु ग्रंथ साहिब की सेवा की, ट्रेना भर भर के हजूर साहब भेजनिया, अज भी बाबा जी की याद च नानकसर कलेरां तो ट्रेना भर भर के जा रही ने, हजूर साहब के दर्शनों नूं आओ श्रद्धा बनाइए, आओ भावना बनाइए, तो साध संगत जिन्हां ने दर्शन नहीं ना किए, दास की बेनती एक बार हजूर साहब जाके दर्शन करो, कलगियां वाले तो दाता मंगो, बड़े बड़े महापुरखों नूं उत्थों वरदान मिले, तो अज भी मिलते ने, सत्कार योग है वह धरती, पूजन योग है धरती, तो पूजन योग ने उत्थों के सारे महापुरख, सत्कार योग सिंह साहब बाबा कुलवंत सिंह जी, किते बाबा रतन सिंह जी, किते साध संगत उत्थों के रहरासी है बाबा विनोद सिंह जी, ज्ञानी बख्शीश सिंह जी, जिन्हें भी उत्थों के पंज प्यारे सत्कार योग ट्रस्ट बोर्डर, जिन्हें भी उत्थों के रहने वाले सेवक संगी ने, भावें वह पंजाब दे आ, भावें वह दखण दे आ, आल वड़ तो संगत आउंदियां, जे समा मिले तो नानक झीरे भी जांदियां ते दर्शन करदियां, सब गुरधामां दे ते बाजां वाले तो असीसां ते वरदान लैंदियां ते गदावरी दे दर्शन ददार ते इशनान करदियां, आओ आपां वी एक वार जाके दर्शन ददार करिए ते बाजां वाले दियां खुशियां लईए, इन्नियां बेनतियां करदा होया दास खीमां दा जाचकै, ये कृपा रहमत आशीर्वाद धन धन बाबा कुंदन सिंह जी, नानकसर कलेरां वाले बाबा जी जिन्हां ने हर संगतां नूं कहना जाओ हजूर साहब करो दीदारे, ते बाजां वाले दियां लो खुशियां, आओ आपां वी सारे माई भाई आओ बाजां वाले दे दरबार विच चलीए, ते बाजां वाले तो वरदान लईए सेवा ते सिमरन दे, आओ आ धारना पढ़ लो समाप्ति करिए, कोई भी रसना वांझी ना रहे, आओ संगते हजूर साहिब चलीए, बाजा वाला बाजा मारदा, आओ संगते हजूर साहिब चलीए, बाजा वाला बाजा मारदा, आओ संगते हजूर साहिब चलीए, बाजा वाला बाजा मारदा, आओ संगते हजूर साहिब चलीए, बाजा वाला बाजा मारदा, आओ संगते हजूर साहिब चलीए, बाजा वाला बाजा मारदा, आओ संगते हजूर साहिब चलीए, बाजा वाला।